ਜਨਮਦਿਨ ਮਨਾਉਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ। ਗੱਡੀ ਦੇ ਆਰ ਪਾਰ ਹੋ ਗਈ ਸੜਕ ਤੇ ਲੱਗੀ ਲੋਹੇ ਦੀ ਰੇਲਿੰਗ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਹੋਇਆ ਹੈ ਜਿੱਥੇ 5 ਨੌਜਵਾਨ ਜਨਮਦਿਨ ਮਨਾਉਣ ਦੇ ਲਈ ਗੱਡੀ ਕਿਰਾਏ ਤੇ ਲੈ ਕੇ ਜਾ ਰਹੇ ਸੀ। ਤਾਂ ਰਸਤੇ ਦੇ ਵਿੱਚ ਇਹਨਾਂ ਦੀ ਗੱਡੀ ਡਿਵਾਈਡਰ ਦੇ ਵਿੱਚ ਜਾ ਵੱਜਦੀ ਹੈ, ਜਿਸ ਕਰਕੇ ਲੋਹੇ ਦੀ ਰੇਲਿੰਗ ਇਹਨਾਂ ਦੀ ਗੱਡੀ ਦੇ ਆਰ ਪਾਰ ਹੋ ਜਾਂਦੀ ਹੈ। ਤਾਂ 5 ਨੌਜਵਾਨ ਇਸ ਦੇ ਵਿੱਚ ਸਵਾਰ ਹੁੰਦੇ ਨੇ, ਜਿਸ ਦੇ ਵਿੱਚ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਾਂ ਕੁੱਲ 5 ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਇਆ ਜਿੱਥੇ ਇਹਨਾਂ ਦੀ ਗੱਡੀ ਇਹ ਪਹਿਲਾਂ ਡਿਵਾਈਡਰ ਦੇ ਨਾਲ ਟਕਰਾਉਂਦੀ ਹੈ ਅਤੇ ਫਿਰ ਇਹ ਲੋਹੇ ਦੀ ਰੇਲਿੰਗ ਦੇ ਨਾਲ ਵੱਜਦੀ ਹੈ। ਤਾਂ ਲੋਹੇ ਦੀ ਰੇਲਿੰਗ ਇਹਨਾਂ ਦੀ ਗੱਡੀ ਦੇ ਆਰ ਪਾਰ ਹੋ ਜਾਂਦੀ ਹੈ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ। ਤਾਂ ਦੱਸ ਦਈਏ ਕਿ ਗੱਡੀ 'ਚ ਸਵਾਰ 5 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਨੇ, ਜਿਸ ਦੇ ਵਿੱਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਾਂ ਹੈਰਾਨ ਕਰ ਦੇਣਗੀਆਂ ਤੁਹਾਨੂੰ ਇਹ ਤਸਵੀਰਾਂ। ਤਾਂ ਦੱਸ ਦਈਏ ਕਿ 5 ਦੇ ਵਿੱਚੋਂ ਇੱਕ ਨੌਜਵਾਨ ਦਾ ਜਨਮ ਦਿਨ ਸੀ, ਜਿਸ ਨੂੰ ਮਨਾਉਣ ਦੇ ਲਈ ਨੌਜਵਾਨ ਇੱਕ ਗੱਡੀ ਕਿਰਾਏ 'ਤੇ ਲੈਂਦੇ ਨੇ, ਜਿਸ ਤੋਂ ਬਾਅਦ ਇਹ ਮਨਾਉਣ ਦੇ ਲਈ ਜਾ ਰਹੇ ਸੀ। ਤਾਂ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਦਿੱਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਵੱਡਾ ਹਾਦਸਾ ਹੋ ਜਾਂਦਾ। ਤਾਂ ਹਾਦਸੇ ਦੇ ਵਿੱਚ 5 ਨੌਜਵਾਨ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਨਮਦਿਨ ਮਨਾਉਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ। ਗੱਡੀ ਦੇ ਆਰ ਪਾਰ ਹੋ ਗਈ ਸੜਕ ਤੇ ਲੱਗੀ ਲੋਹੇ ਦੀ ਰੇਲਿੰਗ। ਤਾਂ ਦੱਸ ਦਈਏ ਕਿ ਦਰਦਨਾਕ ਹਾਦਸਾ ਹੋਇਆ ਹੈ ਜਿੱਥੇ 5 ਨੌਜਵਾਨ ਜਨਮਦਿਨ ਮਨਾਉਣ ਦੇ ਲਈ ਗੱਡੀ ਕਿਰਾਏ 'ਤੇ ਲੈ ਕੇ ਜਾ ਰਹੇ ਸੀ। ਤਾਂ ਰਸਤੇ ਦੇ ਵਿੱਚ ਇਹਨਾਂ ਦੀ ਗੱਡੀ ਡਿਵਾਈਡਰ ਦੇ ਵਿੱਚ ਜਾ ਵੱਜਦੀ ਹੈ, ਜਿਸ ਕਰਕੇ ਲੋਹੇ ਦੀ ਰੇਲਿੰਗ ਇਹਨਾਂ ਦੀ ਗੱਡੀ ਦੇ ਆਰ ਪਾਰ ਹੋ ਜਾਂਦੀ ਹੈ। ਤਾਂ 5 ਨੌਜਵਾਨ ਇਸ ਦੇ ਵਿੱਚ ਸਵਾਰ ਹੁੰਦੇ ਨੇ, ਜਿਸ ਦੇ ਵਿੱਚ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਾਂ ਕੁੱਲ 5 ਨੌਜਵਾਨ ਗੰਭੀਰ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਨੂੰ ਕਿ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਹੋਇਆ ਜਿੱਥੇ ਇਹਨਾਂ ਦੀ ਗੱਡੀ ਇਹ ਪਹਿਲਾਂ ਡਿਵਾਈਡਰ ਦੇ ਨਾਲ ਟਕਰਾਉਂਦੀ ਹੈ ਅਤੇ ਫਿਰ ਇਹ ਲੋਹੇ ਦੀ ਰੇਲਿੰਗ ਦੇ ਨਾਲ ਵੱਜਦੀ ਹੈ। ਤਾਂ ਲੋਹੇ ਦੀ ਰੇਲਿੰਗ ਇਹਨਾਂ ਦੀ ਗੱਡੀ ਦੇ ਆਰ ਪਾਰ ਹੋ ਜਾਂਦੀ ਹੈ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ। ਤਾਂ ਦੱਸ ਦਈਏ ਕਿ ਗੱਡੀ 'ਚ ਸਵਾਰ 5 ਨੌਜਵਾਨ ਗੰਭੀਰ ਜ਼ਖਮੀ ਹੋ ਗਏ ਨੇ, ਜਿਸ ਦੇ ਵਿੱਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤਾਂ ਹੈਰਾਨ ਕਰ ਦੇਣਗੀਆਂ ਤੁਹਾਨੂੰ ਇਹ ਤਸਵੀਰਾਂ। ਤਾਂ ਦੱਸ ਦਈਏ ਕਿ 5 ਦੇ ਵਿੱਚੋਂ ਇੱਕ ਨੌਜਵਾਨ ਦਾ ਜਨਮ ਦਿਨ ਸੀ, ਜਿਸ ਨੂੰ ਮਨਾਉਣ ਦੇ ਲਈ ਨੌਜਵਾਨ ਇੱਕ ਗੱਡੀ ਕਿਰਾਏ 'ਤੇ ਲੈਂਦੇ ਨੇ, ਜਿਸ ਤੋਂ ਬਾਅਦ ਇਹ ਮਨਾਉਣ ਦੇ ਲਈ ਜਾ ਰਹੇ ਸੀ। ਤਾਂ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਦਿੱਲੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਵੱਡਾ ਹਾਦਸਾ ਹੋ ਜਾਂਦਾ। ਤਾਂ ਹਾਦਸੇ ਦੇ ਵਿੱਚ 5 ਨੌਜਵਾਨ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ।